AMTV ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਸ਼ੋਕ ਮੈਕ ਸਵਾਗਤ ਕਰਦਾ। ਕਬਾਇਆ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਲੰਗਰ ਚੱਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਬਾਬਾ ਜੀ ਕਿਨਵਾ ਲੰਗਰ ਚੱਲ ਰਿਹਾ? ਇਹ ਦੂਸਰਾ ਲੰਗਰ ਚੱਲ ਰਿਹਾ ਜੀ ਬਾਬਾ ਬੁੱਢਾ ਸਾਹਿਬ ਦਾ। ਠੀਕ ਹੈ, ਦੂਸਰੇ ਸਾਲ ਦਾ ਲੰਗਰ, ਅੱਜ ਦੂਸਰੇ ਦਿਨ ਦਾ ਲੰਗਰ ਹੈ। 5-6-7 ਤਰੀਕ ਦਿਨ ਦਾ ਲੰਗਰ ਚੱਲਣਾ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਸਲਾਣਾ ਜੋੜ ਮੱਲਣ ਮੁੱਖ ਰੱਖਦੇ ਹੋਏ ਹਾਂ। ਸਮੂਹ ਇਲਾਕਾ ਦੇ ਸਮੂਹ ਪਿੰਡਾਂ ਦੇ ਸਹਿਯੋਗ ਨਾਲ ਆੜ੍ਹਤੀਆਂ ਯੂਨੀਅਨ ਮਾਰਕੀਟ ਸਮੂਹ ਮਾਰਕੀਟ ਘੁਮਾਇਆ ਔਰ ਆਸੇ ਪਾਸੇ ਦੇ ਪਿੰਡਾਂ ਦੀਆਂ ਸੰਗਤਾਂ, ਗੁਰਦੁਆਰਾ ਸੰਗਤ ਸਰ ਸਾਹਿਬ ਅਸਥਾਨ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ, ਇਹ ਸਾਰੇ ਨਗਰਾਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਇਹ ਲੰਗਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਉਹ ਆਪੇ ਹੀ ਸੇਵਾ ਲੈ ਰਹੇ ਨੇ ਸੰਗਤਾਂ ਕੋਲੋਂ ਅਤੇ ਸਤਿਗੁਰੂ ਜੀ ਆਪੇ ਹੀ ਕਿਰਪਾ ਕਰ ਰਹੇ ਨੇ ਜੀ। ਕੋਈ ਕੀਰਤਨ ਵਗੈਰਾ ਦਾ ਵੀ ਪ੍ਰੋਗਰਾਮ ਅੱਜ ਰਾਤ ਨੂੰ ਰਾਤਰੀ ਦੇ ਸਮਾਗਮ ਨੇ, ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਭਾਈ ਪਾਰ ਸਿੰਘ ਦੀ ਨਿਮਾਨਾ ਅਤੇ ਭਾਈ ਸਾਹਿਬ ਭਾਈ ਪਾਰ ਸਿੰਘ ਦੀ ਜੀਰੇ ਵਾਲੇ ਪਹੁੰਚ ਰਹੇ ਨੇ। ਅੱਜ ਰਾਤ ਨੂੰ 7 ਵਜੇ ਤੋਂ ਲੈ ਕੇ 9:30 ਤੱਕ ਸਮਾਗਮ ਹੋਣਗੇ। 9:30 ਵਜੇ ਸਾਰੀ ਸਮਾਪਤੀ ਹੋਈ ਅਤੇ ਕੱਲ੍ਹ ਨੂੰ ਰੱਖੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਠੀਕ, 10:30 ਵਜੇ ਸਾਰੀ ਸਮਾਪਤੀ ਹੋਵੇਗੀ, ਉਪਰੰਤ ਲੰਗਰ ਸਾਰਾ ਦਿਨ ਐਵੇਂ ਚੱਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਤੁਸੀਂ ਕਬਾਇਆ ਤੋਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸਲਾਨਾ ਲੰਗਰ, ਇਹ ਦੂਸਰਾ ਲੰਗਰ ਹੈ ਜੋ ਇੱਥੇ ਚੱਲ ਰਿਹਾ। ਸੋ ਅੱਜ ਇੱਥੇ ਕੀਰਤੀਆਂ ਨੇ ਜਿੱਥੇ ਵੀ ਪਹੁੰਚਣਗੇ ਜੋ ਆਪਣੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਰਕੇਸ਼ ਕੁਮਾਰ ਜੀ, ਟੈਕਸਾ ਕਲਾਬ ਮੈਂਬਰ ਕਲੰਗਰ ਵਾਸਤੇ ਵਾਸਤਾ ਦੇ ਮੈਂਬਰ ਨਾਮ ਦਾ ਨਿਸ਼ ਕਰਨ ਚੜ੍ਹਦੀ ਕਲਾ ਨਕਸ਼ੀ ਕਰਨੀ ਨਵੀਆਂ ਜਵਾਬ ਦੇ ਕਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਾਤ ਸਿੰਘ ਜੀ ਫਤਿਹ ਸਾਹਿਬ, ਨਾਨਕ ਨੰਬੜੇ ਗੁਰ ਕਲੰਗਰ ਵਾਸਤੇ ਵਾਸ ਕਰਨ ਵਾਹਿਗੁਰੂ ਨਾਮ ਦਾ ਨਿਸ਼ ਕਰਨ ਚੜ੍ਹਦੀ ਕਲਾ ਨਕਸ਼ੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਾ ਜੀ ਮੇਰੇ ਕੋਲ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਇਸ ਲੰਗਰ ਬਾਰੇ ਕੀ ਕਹਿਣਾ ਚਾਹੋਗੇ? ਇਹ ਨਾ ਜੀ ਬਾਬਾ ਬੁੱਢਾ ਸਾਹਿਬ ਦੇ ਸਲਾਨਾ ਜੋੜ ਮੇਲੇ ਨੂੰ ਦੇਖਦੇ ਲੰਗਰ ਦੇ ਬਾਬਾ ਜੀ ਵੱਲੋਂ ਪ੍ਰਬੰਧ ਕੀਤੇ ਆ ਸੰਗਤਾਂ ਦੇ ਸਹਿਯੋਗ ਨਾਲ ਜੀ। ਦੂਸਰੀ ਵਾਰ ਹੋ ਗਿਆ ਜੀ ਜੀ ਇਸ ਨਗਰ 'ਚ ਜੀ ਲੰਗਰ ਦੇ ਸੇਵਾ ਕਰਦੇ ਹਨ ਜੀ। ਬਾਬਾ ਜੀ ਬਹੁਤ ਬਹੁਤ ਕਿਰਪਾ ਜੀ ਜੀ। ਸੋ ਕਬਾਇਆ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਲੰਗਰ ਇੱਥੇ ਚਲਾਇਆ ਜਾ ਰਿਹਾ ਅਨਾਜ ਮੰਡੀ ਦੇ ਵਿੱਚ। ਹਾਂਜੀ,
ਤੁਸੀਂ ਦੇਖ ਰਹੇ ਹੋ ਸੰਗਤਾਂ ਬੜੇ ਲੰਗਰ ਛਕ ਰਹੀਆਂ ਨੇ। ਸੋ ਗੁਰੂ ਕਿਰਪਾ ਹੋਸਪਿਟਲ ਗਵਾਇਆ ਵੱਲੋਂ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫ੍ਰੀ ਮੁਫਤ ਦਵਾਈਆਂ ਅਤੇ ਚੈੱਕਅਪ ਕੈਂਪ ਲਗਾਇਆ ਗਿਆ। ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਡਾਕਟਰ ਜਗਦੀਸ਼ ਕੁਮਾਰ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕਿੰਨਾ ਕੁ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਅੱਜ? ਬਹੁਤ ਜ਼ਿਆਦਾ ਉਤਸ਼ਾਹ ਜੀ, ਬਹੁਤ ਜ਼ਿਆਦਾ ਜੀ, ਜਿੰਨਾ ਵੀ ਕਹਿ ਸਕਦੇ ਹੋ ਉਸ ਤੋਂ ਬਹੁਤ ਜ਼ਿਆਦਾ। ਤੁਸੀਂ ਜਿਹੜੀ ਇੱਕ ਸੇਵਾ ਕਰ ਰਹੇ ਹੋ ਇਹ ਕਦੋਂ ਤੋਂ ਚੱਲ ਰਹੀ ਹੈ? ਇਹ ਸਰ ਪਿਛਲੇ ਸਾਲ ਵੀ ਸੀ, ਇਸ ਵਾਰ ਵੀ ਤਾਂ ਅਗਾਂਹ ਵੀ ਚੱਲਦੀ ਰਹੇਗੀ ਬਾਬਾ ਜੀ ਦੀ ਕਿਰਪਾ ਨਾਲ ਜੀ। ਚੈੱਕਅਪ ਕੀਤਾ ਜਾ ਰਿਹਾ, ਦਵਾਈਆਂ ਦਿੱਤੀਆਂ ਜਾ ਰਹੀਆਂ, ਫ੍ਰੀ ਚੈੱਕਅਪ ਹੈ ਔਰ ਫ੍ਰੀ ਮੈਡੀਸਨ ਦੀ ਸੇਵਾ ਕਰ ਰਹੇ ਜੀ। ਸੋ ਗੁਰੂ ਕਿਰਪਾ ਹੋਸਪਿਟਲ ਵੱਲੋਂ ਇੱਥੇ ਜਿਹੜਾ ਕਿ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ, ਡਾਕਟਰ ਸਾਹਿਬ ਨਾਲ ਤੁਹਾਡੀ ਗੱਲਬਾਤ ਕਰਾਈ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਫ੍ਰੀ ਦਵਾਈਆਂ ਔਰ ਫ੍ਰੀ ਮੈਡੀਕਲ ਚੈੱਕਅਪ ਕੈਂਪ। ਹੁਣ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਸੰਗਤਾਂ ਸੇਵਾ ਕਰ ਰਹੀਆਂ ਨੇ ਲੰਗਰ ਦੇ ਵਿੱਚ। ਘਬਾਇਆ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ, ਜੋ ਲੰਗਰ ਸੇਵਾ ਚੱਲ ਰਹੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਦੱਸ ਜੀ? ਦਾਸ ਦਾ ਨਾਮ ਰਿਆਮ ਸਿੰਘ ਹੈ। ਸੱਚੇ ਪਾਸੇ ਜੀ, ਸੱਚੇ ਪਾਸੇ ਦੀ ਮਿਹਰ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਬੁੱਢਾ ਜੀ ਦੀ ਕਿਰਪਾ ਨਾਲ, ਸੱਚੇ ਪਾਸੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਦੂਸਰਾ ਜੋ ਮਹਾਨ ਲੰਗਰ ਅਤੇ ਸਮਾਗਮ ਜੋ ਗੁਰਦੁਆਰਾ ਸੰਗਤਸਰ ਸਾਹਿਬ ਵੱਲੋਂ ਅਤੇ ਸਮੂਹ ਆਸੇ ਪਾਸੇ ਦੇ ਜਿੰਨੇ ਵੀ ਨਗਰ ਹਨ ਉਹਨਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਦੇ ਨਾਲ। ਸੋ ਇਸ ਲੰਗਰ ਦੇ ਵਿੱਚ ਸੰਗਤਾਂ ਵੱਧ ਚੜ੍ਹ ਕੇ ਸਹਿਯੋਗ ਕਰ ਰਹੀਆਂ ਹਨ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਨਾਲ। ਬਾਬਾ ਜੀ ਸੇਵਾਦਾਰ ਜੋ ਗੁਰੂ ਘਰ ਦੀ ਸੇਵਾ ਕਰ ਰਹੇ ਹਨ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਸ਼੍ਰੀਮਾਨ ਬਾਬਾ ਗੁਰਜੰਟ ਸਿੰਘ ਜੀ, ਇਹਨਾਂ ਵੱਲੋਂ ਬਹੁਤ ਹੀ ਉਪਰਾਲਾ ਕੀਤਾ ਜਾ ਰਿਹਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੰਗਤ ਨੂੰ ਆਪਾਂ ਗੁਰਬਾਣੀ ਗੁਰੂ ਦੇ ਨਾਲ ਪਾ ਸਕੀ। ਸੋ ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਆ ਕਿ ਜੋ ਸਾਡੇ ਕੋਲ ਸੇਵਾਵਾਂ ਲੈ ਰਹੇ ਨੇ ਬਾਬਾ ਜੀ ਦੇ, ਉਹ ਸਾਡੇ ਕੋਲ ਸੇਵਾਵਾਂ ਲੈ ਰਹੇ ਨੇ, ਸਾਰੀ ਸੰਗਤ ਦਾ ਬਹੁਤ ਸਹਿਯੋਗ ਹੈ ਜੀ। ਕੱਲ੍ਹ ਤੋਂ ਭਾਈ ਸਾਹਿਬ ਦੇ ਤੌਰ ਲੱਗੇ ਹਨ, ਸਾਰੀ ਸੰਗਤ ਕੱਲ੍ਹ ਰਾਤ ਤੋਂ ਹੀ ਕੱਲ੍ਹ ਸਵੇਰ ਤੋਂ ਕੱਲ੍ਹ ਰਾਤ ਤੋਂ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਸੇਵਾ ਕਰ ਰਹੀ ਹੈ ਜੀ। ਬਾਕੀ ਨੌਜਵਾਨਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਜੀ ਸੇਵਾ ਦਾ, ਅਤੇ ਕੱਲ੍ਹ ਦਾ ਦਿਨ ਵੀ ਇਹ ਲੰਗਰ ਚੱਲੇਗਾ ਜੀ, 3 ਦਿਨ ਲੰਗਰ ਚੱਲਦਾ ਹੈ ਜੀ। ਗੁਰੂ ਮਹਾਰਾਜ ਆਪ ਸੇਵਾ ਲੈ ਰਹੇ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਕੋਈ ਬਾਈ ਤੈਨੂੰ ਹੈ?
ਪਾਇਆ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਲੰਗਰ ਅਨਾਜ ਮੰਡੀ ਕਬਾਇਆ ਦੇ ਵਿੱਚ ਅੱਜ ਬੜੇ ਉਤਸ਼ਾਹ ਨਾਲ ਔਰ ਖੁਸ਼ੀ ਨਾਲ ਜਿਹੜਾ ਕਿ ਇੱਥੇ ਲਗਾਇਆ ਜਾ ਰਿਹਾ ਸੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਬਾਇਆ ਤੋਂ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਲੰਗਰ ਚਲਾਇਆ ਜਾ ਰਿਹਾ ਜੀ।